ਉਮੀਦ ਹੁੰਦੀ ਤੇ ਡਾਂਟ ਪੈਂਦੀ ਨਾ ਡਾਂਟਦੇ ਜੀ ਆਪਣਾ ਅਸੀਂ ਮੁਰਮ ਮਹਿਸੂਸ ਕਰਾਂਗੇ ਫਿਰ ਕਾਮਯਾਬ ਨਹੀਂ ਹੁੰਦਾ ਗੁਲਫਾਮ ਸਾਹਿਬ ਕੋਈ ਠੰਡਾ ਤੇ ਸਾਲਣ ਵੀ ਕੋਈ ਨੀ ਪਸੰਦ ਕਰਦਾ, ਅੱਗ ਲੱਗੀ ਰਹਿਣੀ ਚਾਹੀਦੀ ਹੈ, ਬੁਲਾਵੇ ਤੇ ਪੌੜੀਆਂ ਨੀ ਜਾਣਾ, ਮੁਰਸ਼ਦ ਬੁਲਾਵੇ ਤੇ ਛੱਤ ਤੋਂ ਹੀ ਛਲਾਂਗ ਲਾ ਦੇਣੀ, ਆਹ ਬੁਲਾਵੇ ਤੇ ਪੌੜੀਆਂ ਲਿਜਾਣਾ ਜੀ ਹੈ। ਆਪ ਨੇ ਫਰਮਾਇਆ ਵੀ ਇਹ ਕੋਈ ਆਮ ਮੰਜ਼ਿਲ ਨਹੀਂ ਹੈ, ਇਹ ਤਲਵਾਰ ਹੈ, ਬਿਲਕੁਲ ਤਲਵਾਰ। ਮੁਬਾਰਕ ਸਾਹਿਬ ਨੇ ਦਿਖਾਇਆ ਆਪ ਨੇ ਦਾਣਾ, ਕਾਰ ਫਰਮਾਇਆ ਸਨ ਕਿ ਮੁਬਾਰਕ ਸਾਹਿਬ ਨੇ ਦਾਣਾ ਦਿਖਾਇਆ ਰਾਈ ਦਾ, ਨਾ ਬਿਲਕੁਲ ਇਸ ਤਰ੍ਹਾਂ ਨਜ਼ਰ ਵੀ ਨਹੀਂ ਆਉਣ ਵਾਲੀ ਚੀਜ਼ ਦੇ, ਉਹ ਦਾਣਾ ਦਿਖਾਇਆ ਆਪਣੇ, ਦਾਣਾ ਦਿਖਾਇਆ ਅਤੇ ਆਪ ਨੇ ਫਰਮਾਇਆ ਮੀਆਂ ਸਾਹਿਬ ਇਹ ਰਾਈ ਹੈ। ਆਪ ਨੇ ਫਰਮਾਇਆ ਕਿ ਮੈਂ ਪਹਿਲੀ ਦਫ਼ਾ ਉਹ ਦੇਖਿਆ ਦਾਣਾ, ਇਸੇ ਵੀ ਬਰੀਕ ਲਾਈਨ ਹੈ, ਇਹ ਜਨਾਬ ਰਾਈ ਕੇ ਦਾਣੇ ਸੇ ਵੀ ਬਰੀਕ ਲਾਈਨ ਹੈ। ਮੁਰਸ਼ਦ ਦੇ ਦਿਲ 'ਚ ਗੱਲ ਆਉਂਦੀ ਹੈ ਅਤੇ ਜਿਹੜਾ ਸਮਝ ਜਾਂਦਾ ਉਹ ਪਿੱਛੇ ਲੱਗ ਜਾਂਦਾ ਅਤੇ ਫਿਰ ਲੈਂਟਰ ਵੀ ਪੈ ਜਾਂਦੇ ਨੇ ਜਨਾਬ, ਮੇਰੇ ਤਾਂ ਵਹਿਮ ਉਹ ਗੁਮਾਨ 'ਚ ਵੀ ਨਹੀਂ ਕਿ ਲੈਂਟਰ ਪੈ ਗਿਆ ਹੋਣਾ, ਇਹਦਾ ਕੁਛ ਬਣ ਗਿਆ ਖੁਦਾ ਦੀ ਕਸਮ। ਮੈਂ ਤਾਂ ਜਨਾਬ ਨੇ ਤੁਹਾਡੇ ਵਾਸਤੇ ਸਰਪ੍ਰਾਈਜ਼ ਰੱਖਿਆ, ਅਸੀਂ ਦੱਸ ਰਹੇ ਨੇ ਕਈ ਦਫ਼ਾ ਜ਼ਿਕਰ ਹੋਇਆ ਨਾ ਤੁਹਾਡੇ ਆਉਣ ਦਾ ਅਤੇ ਦੱਸ ਰਹੇ ਸਨ ਕਿ ਉਹਨਾਂ ਨੂੰ ਵਾਸਤੇ ਸਰਪ੍ਰਾਈਜ਼, ਉਹਨਾਂ ਨੂੰ ਇਹ ਹੀ ਦੱਸਿਆ ਕਿ ਅਸੀਂ ਉੱਥੇ ਤੰਬੂ ਲਗਾਏ। ਸਾਥੀ ਮੁਖਲਸ ਦੋਸਤ ਮਿਲ ਗਏ, ਤਕਲੀਫ ਤੇ ਬੱਚੇ ਨੂੰ ਅੰਦਰ ਕਰੋ ਜੀ, ਤਕਲੀਫਾਂ ਦੇਖੋ ਨਾ ਨਿਕਲ ਹੀ ਗਈਆਂ ਨੇ ਬਹੁਤ ਬਹੁਤ, ਇਹਨੇ ਕਦੀ ਆਪਣੇ ਮੁਰਸ਼ਦ ਨੂੰ ਪਰੇਸ਼ਾਨੀ ਦੀ ਖਬਰ ਨਹੀਂ ਦਿੱਤੀ, ਨਾਲ ਦਿਨ ਰਾਤ ਮੇਰੇ ਵਾਸਤੇ ਬਸ ਇਹੀ ਖੁਆਇਸ਼ ਹੁੰਦੀ ਹੈ ਜਿਹੜਾ ਕੰਮ ਹੋ ਰਿਹਾ ਬੈਠੇ ਰਹਿੰਦੇ ਤੇ